ਸੰਗਰੂਰ ਦੀ ਪੁਲਿਸ ਨੇ ਭਵਾਨੀਗੜ੍ਹ ਵਿਖੇ ਇੱਕ ਹਫ਼ਤਾ ਪਹਿਲਾਂ ਹੋਏ ਕਤਲ ਦੀ ਗੁੱਥੀ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਏ। ਪੁਲਿਸ ਨੇ ਇਸ ਕਤਲ ਦੀ ਗੁੱਥੀ ਨੂੰ ਇੱਕ ਚੱਪਲ ਦੀ ਸਹਾਇਤਾ ਨਾਲ ਸੁਲਝਾਇਆ ਏ। ਦਰਅਸਲ ਭਵਾਨੀਗੜ੍ਹ ਦੇ ਰਹਿਣ ਵਾਲੇ ਇੱਕ ਵਿਅਕਤੀ ਨੂੰ ਬੇਰਹਿਮੀ ਨਾਲ ਕੁੱਟ ਕੁੱਟ ਕੇ ਉਸਦਾ ਕਤਲ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਕਰਦੇ ਹੋਏ ਪੁਲਿਸ ਕੋਲ CCTV ਕੈਮਰਿਆਂ ਦੀ ਫੁਟੇਜ ਨੂੰ ਖੰਗਾਲਣਾ ਅਤੇ ਇੱਕ ਦੋਸ਼ੀ ਦੀ ਚੱਪਲ ਤੋਂ ਇਲਾਵਾ ਕੋਈ ਹੋਰ ਸਬੂਤ ਨਹੀਂ ਸੀ। ਜਦੋਂ ਪੁਲਿਸ ਨੇ CCTV ਕੈਮਰੇ ਦੀ ਜਾਂਚ ਗਹਿਰਾਈ ਨਾਲ ਕੀਤੀ ਤਾਂ ਫੁਟੇਜ ਵਿੱਚ ਇੱਕ ਵਿਅਕਤੀ ਨੰਗੇ ਪੈਰੀ ਜਾ ਰਿਹਾ ਸੀ। ਜਦੋਂ ਪੁਲਿਸ ਵੱਲੋਂ ਉਸ ਵਿਅਕਤੀ ਤੋਂ ਪੁੱਛਗਿੱਛ ਕੀਤੀ ਗਈ ਤਾਂ ਪਤਾ ਚੱਲਿਆ ਕਿ ਉਸ ਵਿਅਕਤੀ ਨੇ ਹੀ ਕਤਲ ਕੀਤਾ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ। ਕਰੀਬ ਇੱਕ ਹਫ਼ਤਾ ਪਹਿਲਾਂ ਸਾਨੂੰ ਭਵਾਨੀਗੜ੍ਹ ਥਾਣੇ ਦੇ ਏਰੀਆ ਦੇ ਵਿੱਚ ਇੱਕ ਬੱਗਾ ਨਾਮ ਦੇ ਮ੍ਰਿਤਕ ਦੀ ਬੋਡੀ ਮਿਲੀ, ਜਿਸ ਤੋਂ ਬਾਅਦ ਭਵਾਨੀਗੜ੍ਹ ਪੁਲਿਸ ਅਤੇ CIA ਪੁਲਿਸ ਇਮੀਜੀਏਟਲੀ ਕਾਰਵਾਈ ਵਿੱਚ ਹਰਕਤ ਦੇ ਵਿੱਚ ਆ ਗਈ ਅਤੇ ਇਸ ਕੇਸ ਦੀ ਤਫਤੀਸ਼ ਕਰਨੀ ਸ਼ੁਰੂ ਕਰ ਦਿੱਤੀ। ਇਹ ਇੱਕ ਬਲਾਈਂਡ ਮਰਡਰ ਕੇਸ ਸੀਗਾ। ਇਸ ਦੇ ਵਿੱਚ ਪੁਲਿਸ ਨੇ ਵਧੀਆ ਤਫਤੀਸ਼ ਅਮਲ ਵਿੱਚ ਲਿਆਉਂਦੇ ਹੋਏ ਜਿਹੜਾ ਦੋਸ਼ੀ ਹੈ ਕੁਲਵਿੰਦਰ ਸਿੰਘ ਉਸਨੂੰ ਟਰੇਸ ਕੀਤਾ। ਇਸ ਨੂੰ ਟਰੇਸ ਕਰਨ ਲਈ ਵੱਖ ਵੱਖ ਬੰਦਿਆਂ ਨੂੰ ਪੁੱਛਗਿੱਛ ਕੀਤੀ ਗਈ। ਵੱਖ ਵੱਖ ਜਿਹੜੇ ਸ਼ੱਕੀ ਬੰਦੇ ਸੀਗੇ ਉਹਨਾਂ ਨੂੰ ਵਿਸਤਾਰ ਦੇ ਵਿੱਚ ਇੰਟਰੋਗੇਟ ਕੀਤਾ ਗਿਆ ਅਤੇ ਇਹ ਕੇਸ ਦੇ ਵਿੱਚ ਇੱਕ ਵਧੀਆ ਇਨਵੈਸਟੀਗੇਸ਼ਨ ਦੇ ਇਗਜ਼ਾਮਪਲ ਦਿੰਦੇ ਹੋਏ ਪਲੱਸ CCTVs ਦੀ ਮਦਦ ਦੇ ਨਾਲ ਇਹ ਕੇਸ ਜਿਹੜਾ ਹੈ ਉਹ ਟਰੇਸ ਹੋਇਆ ਹੈ। ਇਸ ਤੋਂ ਇਲਾਵਾ ਇਨਵੈਸਟੀਗੇਸ਼ਨ ਦੌਰਾਨ ਜਦੋਂ ਜਿਹੜਾ ਅਕਿਊਜ਼ ਸੀਗਾ ਉਹ ਆਪਣੀਆਂ ਸਲਿੱਪਰਸ ਜਿਹੜੇ ਸੀ ਚੱਪਲਾਂ ਉਹ ਮੌਕੇ 'ਤੇ ਛੱਡ ਗਿਆ ਸੀਗਾ। ਇਹ ਫੈਕਟ ਨਾਲ ਵੀ ਬੜੀ ਪੁਲਿਸ ਨੂੰ ਹੈਲਪ ਮਿਲੀ ਅਕਿਊਜ਼ ਨੂੰ ਟਰੇਸ ਕਰਨ ਦੇ ਵਿੱਚ, ਕਿਉਂਕਿ CCTV ਦੇ ਵਿੱਚ ਉਹ ਬਿਨਾਂ ਚੱਪਲਾਂ ਵਾਲਾ ਬੰਦਾ ਜਾਂਦਾ ਕਾਫੀ ਕਲੀਅਰ ਹੋ ਗਿਆ ਸੀ। ਅਤੇ ਇਸੇ ਦੌਰਾਨ ਅੱਜ ਉਸ ਬੰਦੇ ਨੂੰ ਅਰੈਸਟ ਕੀਤਾ ਗਿਆ ਅਤੇ ਫਰਦਰ ਜਿਹੜੀ ਹੈ ਕਾਰਵਾਈ ਅਮਲ ਵਿੱਚ ਲਿਆਉਂਦੀ ਜਾ ਰਹੀ ਹੈ। ਵਜ੍ਹਾ ਰੰਜਿਸ਼ ਇਹਨਾਂ ਦੀ ਇਹ ਹੈ ਕਿ ਕਰੀਬ ਇੰਸੀਡੈਂਟ ਤੋਂ ਕਰੀਬ ਇੱਕ ਹਫ਼ਤਾ ਪਹਿਲਾਂ ਇਹ ਬੈਠ ਕੇ ਆਪਸ ਦੇ ਵਿੱਚ ਸ਼ਰਾਬ ਪੀ ਰਹੇ ਸੀ, ਜਿਸ ਦੌਰਾਨ ਇਹਨਾਂ ਦਾ ਲੜਾਈ ਝਗੜਾ ਹੋਇਆ ਅਤੇ ਲੜਾਈ ਝਗੜੇ ਦੌਰਾਨ ਮ੍ਰਿਤਕ ਨੇ ਅਕਿਊਜ਼ ਮਰਡਰ ਕਰ ਇੰਨੀ ਬੇਰਹਿਮੀ ਨਾਲ ਕਤਲ ਕਾਰਨ ਕੀ ਸੀਗਾ? ਕਤਲ ਕਰਨ ਦਾ ਕਾਰਨ ਕਾਰਨ ਮੈਨੂੰ ਕੁੱਟਿਆ ਸੀਗਾ ਜੀ। ਕੁੱਟਿਆ ਸੀਗਾ? ਹਾਂ ਜੀ। ਫਿਰ ਇੰਨੀ ਬੇਰਹਿਮੀ ਨਾਲ ਕਤਲ ਕਿਉਂ ਕੀਤਾ? ਮੈਂ ਗੁੱਸੇ 'ਚ ਆਇਆ। ਅਤੇ ਜਿਹੜੀ ਚੱਪਲ ਤੁਸੀਂ ਉੱਥੇ ਕਿਵੇਂ ਭੁੱਲ ਗਏ ਸੀਗੇ? ਭੁੱਲ ਗਿਆ ਜੀ ਮੈਂ। ਹੈਂ? ਭੁੱਲ ਗਿਆ ਜੀ। ਇਹ ਤੁਸੀਂ ਮੰਨਦੇ ਹੋ ਵੀ ਇਹਦੇ ਨਾਲ ਹੀ ਕਤਲ ਟਰੇਸ ਹੋਇਆ ਚੱਪਲ? ਮੈਂ ਨਹੀਂ ਕਰਿਆ ਜੀ, ਮੈਂ ਭੁੱਲ ਗਿਆ, ਮੈਂ ਚੱਪਲ ਭੁੱਲ ਗਿਆ। ਕੀ ਨਾਮ ਹੈ ਵੀ ਤੇਰਾ? ਕੁਲਵਿੰਦਰ ਸਿੰਘ ਜੀ। ਕੁਲਵਿੰਦਰ ਸਿੰਘ, ਤੈਨੂੰ ਕਿਉਂ ਕਤਲ ਕੀਤਾ ਤੇ ਕੀ ਗੱਲਬਾਤ ਸੀ, ਪੂਰੀ ਗੱਲ ਦੱਸ ਦਿਓ। ਬਸ ਪਹਿਲਾਂ ਕੁੱਟਿਆ ਸੀਗਾ ਜੀ ਮੈਨੂੰ ਇਹਨਾਂ ਨੇ। ਕਿਵੇਂ? ਦਾਰੂ ਪਿਆ ਕੇ ਜੀ। ਅੱਛਾ। ਹਾਂ ਜੀ। ਫਿਰ ਉਸ ਤੋਂ ਬਾਅਦ ਜਾਂਦੇ ਹੋਏ ਉਸ ਤੋਂ ਬਾਅਦ ਮੈਂ ਖੜਾ ਹੁੰਦਾ ਸੀਗਾ ਜੀ, ਮੂਸਾਂ ਦੇ ਹੱਥ ਫੇਰ ਕੇ ਲੰਘਦਾ ਸੀਗਾ ਜੀ। ਅੱਛਾ। ਫਿਰ ਤੈਨੇ ਕੀ ਕਰਿਆ ਉਸ ਤੋਂ ਬਾਅਦ ਜੀ? ਮੈਂ ਦਾਰੂ ਪੀ ਕੇ ਜੀ। ਅੱਛਾ। ਫਿਰ ਹੁਣ ਕੀ ਕਰਾਇਆ ਤੈਨੇ? ਦਾਰੂ ਪਲਾ ਕੇ ਕਿਵੇਂ ਕਰਿਆ? ਦਾਰੂ ਪੀ ਕੇ ਆਇਆ ਸੀਗਾ ਜੀ। ਅੱਛਾ। ਫਿਰ ਮੈਂ ਲੈ ਕੇ ਆਇਆ ਸੀਗਾ ਜੀ। ਅੱਛਾ। ਉਸ ਤੋਂ ਬਾਅਦ ਬਸ ਉਹਨੇ